ਗੁਰਬਾਣੀ ਦੀ ਸੋਝੀ। ਮਹਾਰਾਜ ਕਹਿੰਦੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਦੋ ਸ਼ਬਦ ਦਾ ਬਹੁਤ ਧਿਆਨ ਰੱਖਣਾ ਜੀ। ਜੀਵਨ ਵਿੱਚ ਜਦੋਂ ਤੁਸੀਂ ਗੁਰ ਸ਼ਬਦ ਵਰਤ ਰਹੇ ਹੋ, ਆ ਭਾਈ ਗੁਰਦਾਸ ਜੀ ਦੀ ਇੱਕ ਵਾਰ ਹੈ, ਇਹਦੇ 'ਤੇ ਥੋੜ੍ਹੀ ਜਿਹੀ ਸੁਰਤ ਵੇਖਣਾ ਜੀ। ਭਾਈ ਗੁਰਦਾਸ ਜੀ ਕਹਿੰਦੇ ਨੇ ਵਿਣ ਗੁਰ ਗੁਰੂ ਸਦਾਈਂਦੇ, ਵਿਣ ਗੁਰ ਗੁਰੂ ਸਦਾਈਂਦੇ, ਕੌਣ ਕਰੇ ਆਦੇਸ਼। ਬਿਨਾਂ ਗੁਰ ਤੋਂ ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ, ਉਹਦਾ ਅਰਥ ਇਹ ਹੈ ਕਿ ਗੁਰੂ ਕੋਲ ਗੁਰ ਹੁੰਦਾ। ਕੀ ਹੁੰਦਾ? ਗੁਰ। ਅਸੀਂ ਕਹਿੰਦੇ ਗੁਰੂ ਕੋਲ ਗਿਆ ਸੀ, ਗੁਰ ਸਿੱਖਿਆ। ਕੀ ਸਿੱਖਿਆ? ਗੁਰ ਜੁਗਤੀ, ਕਿਆ ਜਪ, ਕਿਆ ਤਪ, ਸੰਜਮੋ, ਕਿਆ ਵਰਤ, ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀਏ। ਜਦੋਂ ਤੱਕ ਤੁਸੀਂ ਜੁਗਤੀ ਨਹੀਂ ਨਾ ਸਿੱਖੀ, ਯੋਗ ਦੀ ਜੁਗਤ, ਬੰਦਗੀ ਤਾਂ ਸਾਰੇ ਕਰਦੇ ਨੇ। ਮਹਾਰਾਜ ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਅਗਮ ਗੋਚਰਾ ਤੋਂ ਵੱਡਾ ਤੁਲਨਾ ਤੁਲਿਆ ਜਾਏ, ਕੀਮਤ ਕਿਨੇ ਨਾ ਪਾਇਆ, ਕਿਤੇ ਨਾ ਲਿਆ ਜਾਏ, ਗੁਰ ਕੈ ਸ਼ਬਦ ਭੇਦਿਆ। ਜੋ ਜੁਗਤੀ ਦੇਣ ਵਾਲੇ ਸ਼ਬਦ ਨੇ ਰੱਬ ਦੇ ਮਿਲਾਪ ਦੀ, ਉਹ ਸ਼ਬਦ ਨਾਲ ਰੱਬ ਨਾਲ ਭੇਦਿਆ ਜਾ ਸਕਦਾ, ਇੱਕਮਿਕ ਹੋਇਆ ਜਾ ਸਕਦਾ। ਮਹਾਰਾਜ ਕਹਿੰਦੇ ਜੀਵਨ 'ਚ ਗੁਰੂ ਤੋਂ ਗੁਰ ਲੈਣਾ, ਤਾਂ ਹੀ ਉਹ ਸਾਨੂੰ ਕਹਿੰਦੇ ਗੁਰ ਸਿੱਖ। ਕੀ ਸਿੱਖ? ਬਾਣੀ ਪੜ੍ਹਦੇ ਗੁਰ ਸਿੱਖਿਆ, ਜੁਗਤੀ ਲਈ। ਮਹਾਰਾਜ ਕਹਿੰਦੇ ਗੁਰ ਕੀ ਟਹਿਲ, ਗੁਰੂ ਕੀ ਸੇਵਾ, ਧਿਆਨ ਰੱਖਣਾ। ਮਹਾਰਾਜ ਕਹਿੰਦੇ ਜੀਵਨ 'ਚ ਗੁਰੂ ਕੋਲ ਆਉਣਾ, ਕਹਿੰਦੇ ਉਹ ਸਿੱਖ ਗੁਰੂ ਦੇ ਸਨਮੁੱਖ ਹੈ ਜਿਹੜਾ ਗੁਰ ਲਵੇ। ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ ਤਾਂ ਲਾਤਾ ਉੱਥੇ ਹੋਵੇ, ਤਾਂ ਸਨਮੁੱਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ। ਹੁਣ ਗੁਰ ਦਾ ਅਰਥ ਗੁਰੂ ਨਹੀਂ ਨਾ ਕਰ ਸਕਦੇ ਜੀ, ਗੁਰੂ ਬਾਣੀ ਹੈ, ਚਾਹੇ ਦਸੇ ਪਾਤਸ਼ਾਹ ਦੀ ਮੂਰਤ ਹੈ ਪਰ ਬਾਣੀ ਗੁਰੂ ਹੈ। ਚੌਥੇ ਪਾਤਸ਼ਾਹ ਜਿਸ ਵੇਲੇ ਗੁਰਦਾ ਗੱਦੀ ਸਾਡੇ ਗ੍ਰੰਥ ਸਾਹਿਬ ਜੀ ਨੂੰ ਨਹੀਂ ਦਿੱਤੀ ਹੈ, ਚੌਥੇ ਪਾਤਸ਼ਾਹ ਦਾ ਸ਼ਬਦ ਹੈ ਬਾਣੀ ਗੁਰੂ, ਗੁਰੂ ਹੈ ਬਾਣੀ। ਗੁਰੂ ਨਾਨਕ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲਾਏ। ਆਪਣੀ ਮੂਰਤੀ ਨੂੰ ਮਹਾਰਾਜ ਨੇ ਨਹੀਂ ਪੂਜਾਇਆ, ਮਹਾਰਾਜ ਨੇ ਜੇ ਆਪ ਬੰਦਗੀ ਕੀਤੀ ਅਤੇ ਸ਼ਬਦ ਨਾਲ ਸੁਰਤ ਦਿੱਤੀ ਅਤੇ ਉਹ ਸ਼ਬਦ ਸੁਰਤ ਦਾ ਮੇਲ ਸਾਨੂੰ ਦਿੱਤਾ। ਮਹਾਰਾਜ ਕਹਿੰਦੇ ਭਾਈ ਜਦੋਂ ਤੋਂ ਇਹ ਪਵਨ ਆਰੰਭੀ ਹੈ ਉਦੋਂ ਤੋਂ ਇਹ ਸ਼ਬਦ ਹੀ ਗੁਰੂ ਹੈ, ਉਦੋਂ ਤੋਂ। ਮਹਾਰਾਜ ਕਹਿੰਦੇ ਜੀਵਨ ਵਿੱਚ ਪਵਨ ਆਰੰਭ, ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਹਿੰਦੇ ਰੱਬ ਹੀ ਸਭ ਦੇ ਵਿੱਚੋਂ ਬੋਲਦਾ, ਸਭ ਹੈ ਘੱਟ ਰਾਮ ਬੋਲੈ, ਰਾਮਾ ਬੋਲੈ। ਜਿਹੜਾ ਰੱਬ ਬੋਲਦੇ ਨੇ ਨਾ, ਤੇ ਬੰਦਾ ਬੋਲ ਕੇ ਕਹਿੰਦੇ ਮੈਂ ਬੋਲਿਆ ਤੇ ਬੰਦੇ ਨੂੰ ਸੋਝੀ ਨਹੀਂ ਆਈ। ਜੇ ਬੰਦੇ ਨੇ ਰੱਬ ਦੀ ਗੱਲ ਸੁਣ ਕੇ ਕਹਿਤਾ ਮੈਂ ਨਹੀਂ ਬੋਲ ਸਕਦਾ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਂ ਉਹ ਜੀਓ ਜੈਸੀ ਮੈਂ ਆਵੈ, ਖਾਸਮ ਕੀ ਬਾਣੀ ਤੈਸਣਾ ਕਰੀ ਗਿਆਨ ਵੇ ਲਾ ਲਓ। ਉਹ ਸ਼ਬਦ ਨੂੰ ਮਹਾਰਾਜ ਨੇ ਚੁਣ ਕੇ ਗੁਰੂ ਬਣਾਇਆ, ਚਾਹੇ ਕਿਸੇ ਭਗਤ ਵਿੱਚੋਂ ਆਇਆ, ਚਾਹੇ ਕਿਸੇ ਭਾਸ਼ਾ ਵਿੱਚ ਆਇਆ, ਇਹ ਦ੍ਰਿੜ ਕਰਾਉਣ ਵਾਸਤੇ ਕਿ ਇਹ ਦੁਨੀਆਂ ਦੇ ਲੋਕੋ ਰੱਬ ਹਰੇਕ ਵਿੱਚੋਂ ਬੋਲਦੇ ਨੇ, ਹਰੇਕ ਵਿੱਚੋਂ ਸੁਣੋ। ਉਹ ਤਾਂ ਹੀ ਸੁਣ ਸਕੋਗੇ ਜੇ ਬਾਣੀ ਨੂੰ ਸੁਣਾਂਗੇ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾ ਮਿਸਾਲ ਲੱਗੇ ਅੰਲਾਲ ਚ ਬਿਰਥਾ ਜਨਮ ਪੁਰਾਣੀ। ਅੱਜ ਇਤਨੇ ਸ਼ਬਦ ਕਹਿ ਕੇ ਅਸੀਂ ਸਮਾਪਤੀ ਕਰਦੇ ਹਾਂ, ਕਿਉਂਕਿ ਆਪਾਂ ਲਗਾਤਾਰ ਇਸ ਵਿਸ਼ੇ ਦੇ ਉੱਤੇ ਬੋਲਦੇ ਅਤੇ ਵਿਚਾਰਦੇ ਆ ਰਹੇ ਹਾਂ ਕਿ ਕਿਸੇ ਵੀ ਮਹਾਰਾਜ ਦੀ ਫੋਟੋ ਦਾ ਧਿਆਨ ਨਹੀਂ ਕਰਨਾ, ਕਿਸੇ ਵੀ ਮਹਾਰਾਜ ਦੀ ਫੋਟੋ ਨੂੰ ਘਰੇ ਲੈ ਕੇ ਪੂਜਾ ਨਹੀਂ ਕਰਨੀ। ਉਸ ਰੱਬ ਦੀ ਬੰਦਗੀ ਕਰੋ ਜੋ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਚ, ਅਤੇ ਆਪਣੇ ਸਵੈਮ ਦੀ ਮੂਰਤ ਨੂੰ ਰੱਬ ਦੀ ਮੂਰਤ ਬਣਾਉਣਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾ ਹੈ, ਏਤੇ ਔਰਤ ਮਰਦਾ ਸਾਂਝੇ, ਇਹ ਸਭ ਰੂਪ ਤੁਮਾਰੇ। ਇਸ ਅਵਸਥਾ 'ਤੇ ਵਰਕਆਊਟ ਕਰੋ ਜੀ ਗੁਰਬਾਣੀ ਦੀ।